ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇਂ ਤਿਸ ਲਏ ਮਿਲਾਏ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇਂ ਸਿੱਲੈ ਮਿਲਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਰਚਨਾ ਸੁਖਮਨੀ ਸਾਹਿਬ ਜਿਸ ਦੀ ਮਾਲਕ ਦੀ ਕਿਰਪਾ ਦੇ ਨਾਲ ਵਿਚਾਰ ਚੱਲ ਰਹੀ ਹੈ ਆਓ ਸਤਿਗੁਰੂ ਦੇ ਪਾਵਨ ਉਪਦੇਸ਼ਾਂ ਦੇ ਉੱਤੇ ਪਹਿਰਾ ਦਈਏ ਅਤੇ ਗੁਰੂ ਫਤੇ ਦੇ ਨਾਲ ਆਪਣੀ ਸਾਂਝ ਪਾ ਕੇ ਗੁਰੂ ਅਰਜਨ ਸਾਹਿਬ ਜੀ ਦੀ ਇਸ ਪਿਆਰੀ ਪਾਉਣ ਬਾਣੀ ਨਾਲ ਆਪਣਾ ਚਿੱਤ ਜੋੜੀਏ ਤਾਂ ਕਿ ਜਿਹੜੇ ਸਾਡੇ ਭਾਗ ਨੇ ਉਹਨਾਂ ਦੇ ਵਿੱਚ ਮਾਲਕ ਜੀ ਦਾ ਵਾਸਾ ਹੋ ਸਕੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਇਸ ਪਿਆਰੀ ਪਾਉਣ ਬਾਣੀ ਦੀ 18ਵੀਂ ਅਸ਼ਟਪਦੀ ਚੱਲ ਰਹੀ ਹੈ ਜਿਸ ਦੀ ਚੌਥੀ ਪੌੜੀ ਦਾ ਪਾਠ 10 ਪਾਸੋਂ ਆਪ ਜੀ ਨੇ ਸਤਕਾਰ ਸਹਿਤ ਸਰਵਣ ਕੀਤਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਪਿਆਰੀ ਪਵਣ ਬਾਣੀ ਦੀ ਇਸ ਪੌੜੀ ਦੀ ਜਿਹੜੀ ਵਿਚਾਰ ਹੈ ਉਹਦੇ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਜਿਹੜਾ ਸਤਗੁਰੂ ਹੈ ਉਹ ਪ੍ਰਮਾਤਮਾ ਦੇ ਵਿੱਚ ਉਤਪੋਤ ਹੋ ਚੁੱਕਾ ਹੁੰਦਾ ਹੈ। ਵਾਹਿਗੁਰੂ ਦੇ ਪਿਆਰ ਦਾ ਰੰਗ ਉਹਦੇ ਵਿੱਚ ਇੰਨਾ ਕੋ ਪਰ ਚੁੱਕਾ ਹੁੰਦਾ ਹੈ। ਵੀ ਉਹਦੇ ਦਰਸ਼ਨ ਕਰਦਿਆਂ ਸਾਰ ਚਿੱਤ ਆਤਮਿਕ ਆਨੰਦ ਦੇ ਵਿੱਚ ਡੁੱਬ ਜਾਂਦਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵੇਖੋ ਕਿੰਨੀ ਬਖਸ਼ਿਸ਼ ਕੀਤੀ ਐਨੇ ਮਿੱਠੇ ਬਚਨ ਇਸ ਪੌੜੀ ਦੇ ਵਿੱਚ ਉਚਾਰਨ ਕੀਤੇ ਨੇ ਕਿ ਪੜਦਿਆਂ ਸਾਰ ਹੀ ਬੰਦੇ ਦਾ ਜਿਹੜਾ ਅੰਦਰ ਹੈ ਉਹ ਟਕਾਓ ਵਿੱਚ ਚਲਾ ਜਾਂਦਾ। ਸਫਲ ਦਰਸ਼ਨ ਪੇਖਤ ਪੁਨੀਤ ਸਫਲ ਭਾਵ ਕਿ ਜਿਹੜਾ ਗੁਰੂ ਦਾ ਦਰਸ਼ਨ ਹੈ ਗੁਰੂ ਦਾ دیدار ਹੈ ਉਹ ਸਾਰੇ ਫਲ ਦਿੰਦਾ ਹੈ। ਜਦੋਂ ਆਪਾਂ ਗੁਰੂ ਦਾ ਦਰਸ਼ਨ ਕਰਦੇ ਆ ਗੁਰੂ ਦਾ ਦੀਦਾਰ ਕਰਦੇ ਆ ਤੇ ਸਮਝ ਲਿਓ ਆਪਾਂ ਸਫਲ ਹੋ ਜਾਂਦੇ ਆ ਸਾਰੇ ਫਲਾਂ ਵਾਲੇ ਹੋ ਜਾਂਦੇ ਆ ਸਾਡੀ ਝੋਲੀ ਪਰ ਜਾਂਦੀ ਸਫਲ ਦਰਸ਼ਨ ਪੇਖਤ ਪੁਨੀਤ ਗੁਰੂ ਨੂੰ ਮੈਂ ਜਦੋਂ ਦੇਖਦਾ ਗੁਰੂ ਦਾ ਦਰਸ਼ਨ ਕਰਦਾ ਤੇ ਮੇਰੇ ਮਾਲਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪਵਿੱਤਰ ਹੋ ਜਾਂਦਾ ਜੀਵਨ ਪੁਨੀਤ ਪਵਿੱਤਰ ਪਵਿੱਤਰਤਾ ਆ ਜਾਂਦੀ ਹੈ ਜੀਵਨ ਦੇ ਵਿੱਚ ਗੁਰੂ ਨੂੰ ਵੇਖਦੇ ਆ ਸਾਰੀ ਪਵਿੱਤਰਤਾ ਆ ਜਾਂਦੀ ਗੁਰੂ ਦੇ ਦਰਸ਼ਨ ਇੰਨੇ ਕਮਾਲ ਦੇ ਨੇ ਕਿ ਗੁਰੂ ਨੂੰ ਦੇਖਦਿਆਂ ਸਾਰ ਜੀਵਨ ਪਵਿੱਤਰ ਹੋ ਜਾਂਦਾ ਹੈ ਤੇ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਧਿਆਨ ਜੋੜਿਆਂ ਅਤੇ ਦਰਸ਼ਨ ਕੀਤੇਆਂ ਸਾਰੇ ਫਲ ਜਿਹੜੇ ਨੇ ਉਹ ਸਾਡੀ ਗਰੀਬਾਂ ਦੀ ਝੋਲੀ ਦੇ ਵਿੱਚ ਪੈ ਜਾਂਦੇ ਨੇ ਜਿਵੇਂ ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਇੱਕ ਹੋਰ ਜਗ੍ਹਾ ਤੇ ਆਖਿਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਮੈਨੂੰ ਆਪਣਾ ਬਣਾ ਲੈ ਮੈਨੂੰ ਇਹਦੇ ਤੋਂ ਇਲਾਵਾ ਹੋਰ ਕੀ ਚਾਹੀਦਾ ਮੈਨੂੰ ਆਪਣਾ ਬਣਾ ਲੈ ਤੇਰੇ ਦਰਸ਼ਨਾਂ ਦੀ ਇੰਨੀ ਕੋ ਪਿਆਸ ਐ ਮੇਰੇ ਮਨ ਵਿੱਚ ਕਿ ਮੇਰਾ ਜੀਵਨ ਹੀ ਪਵਿੱਤਰ ਜਿਹੜਾ ਨਾ ਉਹ ਹੋ ਗਿਆ ਗੁਰਬਾਣੀ ਵਿੱਚ ਹਰ ਇੱਕ ਜਗ੍ਹਾ ਤੇ ਸਤਿਗੁਰੂ ਨੂੰ ਵੜਿਆਇਆ ਗਿਆ ਸਤਿਗੁਰੂ ਦੀ ਗੱਲ ਕੀਤੀ ਗਈ ਗੁਰੂ ਗੁਰੂ ਗੋਕਾਰਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੂੰ ਦਿਨ ਰਾਤ ਜਾਂ ਕੀ ਕੋਈ ਨਾ ਮਿਟੇ ਦਾਤ ਗੁਰੂ ਦਾਤਾ ਹੈ ਗੁਰੂ ਬਖਸ਼ੰਦ ਹੈ ਗੁਰੂ ਤੋਂ ਬਗੈਰ ਪਾਰ ਉਤਾਰਨ ਔਰ ਸਤਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਇਥੋਂ ਤੱਕ ਹੀ ਕਹਿ ਦਿੱਤਾ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਰੱਬ ਲੱਭਿਆ ਹੀ ਨਹੀਂ ਇਹ ਗੁਰੂ ਹੀ ਹੈ ਜਿਹੜਾ ਸਾਡੀ ਬਾਹ ਫੜਦਾ ਹੈ ਸਾਨੂੰ ਇਸ ਪਾਕ ਰਸਤੇ ਉੱਤੇ ਤੋਰਦਾ ਹੈ ਜਿਹਦੇ ਉੱਤੇ ਫੁੱਲੀ ਫੁੱਲ ਲੱਗੇ ਹੋਏ ਨੇ ਜਿਹਦੇ ਉੱਤੇ ਖੁਸ਼ਬੂ ਹੀ ਖੁਸ਼ਬੂ ਹੈ ਉਸ ਰਸਤੇ ਉੱਤੇ ਤੁਰਿਆਂ ਸਾਡਾ ਜੀਵਨ ਜਿਹੜਾ ਨਾ ਉਹ ਐ ਆਤਮਿਕ ਆਨੰਦ ਦੇ ਵਿੱਚ ਡੁੱਬ ਜਾਂਦਾ ਹੈ ਅਸੀਂ ਤਾਰੀਆਂ ਲਾਉਣ ਲੱਗ ਪੈਂਦੇ ਹਾਂ ਇਸ ਲਈ ਸਤਗੁਰੂ ਜੀ ਨੇ ਜਦੋਂ ਸਿੱਧਾਂ ਦੇ ਨਾਲ ਵੀ ਵਿਚਾਰ ਕੀਤੀ ਨਾ ਗੁਰੂ ਨਾਨਕ ਸਾਹਿਬ ਨੇ ਤਸਦ ਨਾਲ ਵਿਚਾਰ ਕਰਦੇ ਆਂ ਦੌਰਾਨ ਵੀ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੇ ਗੁਰੂ ਨਾਲ ਹੋਵੇ ਨਾ ਤੇ ਲੋਹਾ ਚੱਪਣਾ ਵੀ ਬੜਾ ਆਸਾਨ ਹੋ ਜਾਂਦਾ ਭਾਵੇਂ ਮੂਮ ਦੇ ਦੰਦ ਕਿਉਂ ਨਾ ਹੋਣ ਉਹਨਾਂ ਦੇ ਨਾਲ ਵੀ ਲੋਹਾ ਚੱਬਿਆ ਜਾ ਸਕਦਾ ਜੇ ਗੁਰੂ ਤੁਹਾਡੇ ਨਾਲ ਹੋਵੇ ਜੇ ਗੁਰੂ ਤੁਹਾਡੇ ਨਾਲ ਹੋਵੇ ਇਸ ਦੁਨੀਆ ਨੂੰ ਤਰਿਆ ਜਾ ਸਕਦਾ ਹੈ ਜੇ ਗੁਰੂ ਤੁਹਾਡੇ ਨਾਲ ਹੋਵੇ ਦੁਨੀਆ ਦਾ ਹਰ ਇੱਕ ਔਖਾ ਕੰਮ ਆਸਾਨ ਹੋ ਜਾਂਦਾ ਜੇ ਗੁਰੂ ਤੁਹਾਡੇ ਨਾਲ ਹੋਵੇ ਤੇ ਦੁਨੀਆ ਦੀਆਂ ਸਾਰੀਆਂ ਬਰਕਤਾਂ ਤੁਹਾਡੀ ਝੋਲੀ ਵਿੱਚ ਪਾਈ ਜਾਂਦੀਆਂ ਫਿਰ ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਗੁਰੂ ਇੰਨਾ ਸਮਰੱਥ ਹੈ ਸਾਰੀਆਂ ਦਾਤਾਂ ਦੇ ਦਿੰਦਾ ਜਿਵੇਂ ਸਤਗੁਰ ਨੇ ਪਾਉਣ ਬਾਣੀ ਵਿੱਚ ਇੱਕ ਜਗ੍ਹਾ ਤੇ ਬੜਾ ਪਿਆਰਾ ਆਖਿਆ ਕਹਿੰਦੇ ਨੇ ਹੇ ਮੇਰੇ ਸਤਗੁਰੂ ਤੂੰ ਇੰਨਾ ਸਮਰੱਥ ਹੈ ਇੰਨਾ ਮਹਾਨ ਹੈ ਇੰਨਾ ਵੱਡਾ ਹੈ ਕਿ ਮੈਂ ਮੂਰਖ ਇਨਸਾਨ ਛੋਟੀ ਜੀ ਮਤ ਲੈ ਕੇ ਤੁਰਿਆ ਫਿਰਦਾ ਵੀ ਸ਼ਾਇਦ ਮੈਂ ਤੈਨੂੰ ਸਮਝ ਲਿਆ ਤੂੰ ਸਮਰਾਥੋਂ ਵੱਡਾ ਮੇਰੀ ਮਤ ਥੋਰੀ RAM ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਇਹ ਤਾਂ ਤੇਰੀ ਕਿਰਪਾ ਕਿ ਮੇਰੇ ਵਰਗੇ ਅਕਿਰਤ ਕਣ ਨੂੰ ਵੀ ਪਾਲਦਾ ਫਿਰਦਾ ਤੇਰੀ ਕਿਰਪਾ ਕਿ ਮੇਰੇ ਵਰਗਾ ਅਕਿਰਤ ਕਣ ਵੀ ਤੁਰਿਆ ਫਿਰਦਾ ਨਹੀਂ ਤਾਂ ਮੇਰਿਆ ਮਾਲਕਾ ਤੇਰੀ ਤਾਂ ਦਇਆ ਹੀ ਬੜੀ ਵੇਖੋ ਇਨਾ ਵੜਿਆ ਆ ਗਿਆ ਜੇ ਆਪਾਂ ਗੁਰੂ ਦਾ ਦਰਸ਼ਨ ਕਰੀਏ ਕਿਤੇ ਦਿਲ ਤੋਂ ਅੰਦਰੋਂ ਭਿੱਜ ਕੇ ਦਰਸ਼ਨਾ ਕੀ ਹੈ ਗੁਰੂ ਦਾ ਦਰਸ਼ਨ ਕੀ ਹੈ ਆ ਸਾਰੀ ਦੁਨੀਆ ਗੁਰੂ ਨੂੰ ਵੇਖਦੀ ਹੈ ਪਰ ਸਤਿਗੁਰੂ ਕਹਿੰਦੇ ਇਹ ਅਸਲ ਚ ਡਿੱਠੇ ਮੁਕਤ ਨਾ ਹੋਵੇ ਜਿੱਚੇ ਸ਼ਬਦ ਨਾ ਕਰੇ ਵਿਚਾਰ ਗੁਰੂ ਦਾ ਅਸਲ ਦਰਸ਼ਨ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਗੁਰੂ ਦਾ ਅਸਲ ਦਰਸ਼ਨ ਹੈ ਗੁਰੂ ਨੂੰ ਸਹੀ ਮੰਨੇ ਚ ਜਨਣਾ ਗੁਰੂ ਕਹਿੰਦਾ ਕੀ ਇਹਨੂੰ ਮੰਨਣਾ ਗੁਰੂ ਸਾਹਿਬ ਕਹਿੰਦੇ ਕਿ ਇਹਨੂੰ ਝੋਲੀ ਚ ਪਵਾਣਾ ਗੁਰੂ ਸਾਹਿਬ ਨੇ ਜੋ ਕਿਹਾ ਉਸ ਰਸਤੇ ਉੱਤੇ ਤੁਰਨਾ ਭੜਿਓ ਦੁਨੀਆ ਦੀਆਂ ਸਾਰੀਆਂ ਰਹਿਮਤਾਂ ਨੇ ਆ ਜਿਹੜੇ ਲੋਕ ਕਹਿੰਦੇ ਨੇ ਨਾ ਸਾਡੀ ਕਿਸਮਤ ਮਾੜੀ ਸਾਡੀ ਕਿਸਮਤ ਮਾੜੀ ਮੈਂ ਇਸ ਵੀਡੀਓ 'ਚ ਵਿਸ਼ੇਸ਼ ਤੌਰ ਤੇ ਇਹ ਗੱਲ ਕਹਿਣਾ ਕਿਹੜੀ ਕਿਸਮਤ ਦੀ ਗੱਲ ਕਰਦੇ ਹੋ ਤੁਸੀਂ ਕਿਸਮਤ ਦੇ ਪਿੱਛੇ ਨਾ ਦੌੜੋ ਦੁਨੀਆ ਦੀ ਹਰ ਦਾਤ ਤੁਹਾਡੇ ਪਿੱਛੇ ਦੌੜੇਗੀ ਤੁਸੀਂ ਗੁਰੂ ਦਾ ਪੱਲਾ ਫੜ ਲਓ ਆ ਕਿਸਮਤਾਂ ਕੁਸਮਤਾਂ ਜਿਹੜੀਆਂ ਨੇ ਆਪਣੇ ਆਪ ਹੀ ਤੁਹਾਡੇ ਚਰਨਾਂ ਵਿੱਚ ਹੋਣਗੀਆਂ ਕਿਹੜੇ ਚੱਕਰਾਂ 'ਚ ਪਏ ਹੋ ਕਿਸਮਤ ਮਾੜੀ ਨਹੀਂ ਹੈ ਤੁਹਾਡੀ ਤੁਸੀਂ ਤਾਂ ਸਿੱਖਾਂ ਦੇ ਘਰ ਚੇ ਪੈਦਾ ਹੋਏ ਹੋ ਗੁਰੂ ਨਾਲ ਜੁੜ ਕੇ ਰਹੋ ਮਾਲਕ ਕਿਰਪਾ ਵਿੱਚੋਂ ਕਿੰਨੀ ਕਰਦਾ ਬਸ ਇਸ ਵਿਚਾਰ ਨੂੰ ਗੁਰੂ ਦੀ ਇਸ ਵਿਚਾਰ ਨੂੰ ਪੱਲੇ ਬੰਨ ਲਓ ਜ਼ਿੰਦਗੀ ਤੁਹਾਡੀ ਸਫਲ ਹੋ ਜਾਏਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਸਭ ਕੁਝ ਹੀ ਮਿਲ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੇ ਕਦੋਂ ਭੰਡਾਰੇ ਭਰ ਗਏ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡਾ ਜਿਹੜਾ ਜੀਵਨ ਹੈ ਉਹ ਉਹ ਕਿਦਾਂ ਉਹਦੇ ਵਿੱਚ ਉਚਤਾ ਆ ਗਈ ਤੁਹਾਡਾ ਲੈਵਲ ਕਿਦਾਂ ਅੱਪ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਕਿਸ ਦਿਨ ਤੁਸੀਂ ਕਮਲ ਦੇ ਫੁੱਲ ਬਣ ਗਏ ਸਭ ਕੁਝ ਮਿਲ ਜਾਏਗਾ ਪਰ ਜੇ ਗੁਰੂ ਦਾ ਪੱਲਾ ਜਿਣਾ ਨਾ ਉਹ ਪਕੜ ਕੇ ਰੱਖੋਗੇ ਪਰਸਤ ਚਰਨ ਜਦੋਂ ਮੈਂ ਆਪਣੇ ਗੁਰੂ ਦੇ ਚਰਨ ਛੋਏ ਭਾਵ ਸਤਗੁਰੂ ਦੇ ਚਰਨਾਂ ਨੂੰ ਛੁੰਧਿਆ ਅੰਸਾਰ ਪਰਸਤ ਚਰਨ ਗਤ ਨਿਰਮਲ ਰੀਤ ਆਤਮਿਕ ਅਵਸਥਾ ਉੱਚੀ ਹੋ ਗਈ ਨਿਰਮਲ ਪਵਿੱਤਰ ਹੋ ਗਈ ਮੇਰੀ ਜ਼ਿੰਦਗੀ ਦੀ ਰੌ ਰੀਤ ਭਾਵ ਮੇਰੀ ਜ਼ਿੰਦਗੀ ਦਾ ਚਾਲ ਚਲਨ ਸੋਨਾ ਬਣ ਗਿਆ ਮੈਂ ਅੱਗੇ ਵੀ ਜ਼ਿੰਦਗੀ ਜੀਉਂਦਾ ਸੀ ਅੱਗੇ ਵੀ ਮੈਂ ਇਸ ਸੰਸਾਰ ਵਿੱਚ ਰਹਿੰਦਾ ਸੀ ਪਰ ਅੱਜ ਮੇਰੀ ਲਾਈਫ ਦਾ ਸਟਾਈਲ ਹੀ ਬਦਲ ਗਿਆ ਮੇਰੀ ਲਾਈਫ ਸਟਾਈਲ ਚੇਂਜ ਹੋ ਗਿਆ ਮੇਰਾ ਮੇਰੀ ਜ਼ਿੰਦਗੀ ਚੇਂਜ ਹੋ ਗਈ ਜਦੋਂ ਮੈਂ ਗੁਰੂ ਦੇ ਚਰਨ ਪਰਸੇ ਤਾਂ ਫਿਰ ਕੀ ਹੋਇਆ ਕਿ ਮੇਰੀ ਜਿਹੜੀ ਆਤਮਿਕ ਅਵਸਥਾ ਉੱਚੀ ਹੋਈ ਤੇ ਮੇਰਾ ਲਾਈਫ ਸਟਾਈਲ ਚੇਂਜ ਹੋ ਗਿਆ ਮੇਰੀ ਜ਼ਿੰਦਗੀ ਜਿਉਣ ਦਾ ਢੰਗ ਚੇਂਜ ਹੋ ਗਿਆ ਮੇਰਾ ਦੁਨੀਆਂ 'ਚ ਵਿਚਰਨ ਦਾ ਢੰਗ ਚੇਂਜ ਹੋ ਗਿਆ ਜਿੱਥੇ ਮੈਂ ਪਹਿਲਾਂ ਲੋਕਾਂ ਨੂੰ ਵੇਖਦਾ ਹੁੰਦਾ ਸੀ ਅੱਜ ਉਹਨਾਂ ਨੂੰ ਵੇਖਣ ਦਾ ਤਰੀਕਾ ਬਦਲ ਗਿਆ ਮੇਰਾ ਅੱਜ ਮੇਰੇ ਮਨ ਵਿੱਚੋਂ ਈਰਖਾ ਦੁਸ਼ਮਣ ਨਿੰਦਾ ਚੁਗਲੀ ਵੈਰ ਵਿਰੋਧ ਸਭ ਖਤਮ ਹੋ ਗਿਆ ਇਹ ਤਾਂ ਮੇਰਾ ਸਤਿਗੁਰੂ ਤਤੀ ਤਵੀ ਤੇ ਬਹਿ ਕੇ ਵੀ ਗੁਣ ਗਾ ਰਿਹਾ ਜਦੋਂ ਮੇਰਾ ਸਤਗੁਰੂ ਮੇਰੇ ਤੇ ਦਇਆ ਕਰੇਗਾ ਉਹਨੇ ਕਿਰਪਾ ਕੀਤੀ ਤਾਂ ਆਪਣੇ ਆਪ ਹੀ ਜਿਹੜਾ ਜੀਵਨ ਬਦਲ ਜਾਏਗਾ ਇਹ ਹੈ ਸਤਗੁਰੂ ਦੀ ਵਡਿਆਈ ਤੇ ਗੁਰੂ ਦੇ ਚਰਨ ਕੀ ਹੈ ਗੁਰੂ ਦਾ ਸ਼ਬਦ ਗੁਰੂ ਦੀ ਵਿਚਾਰਧਾਰਾ ਪਾਪ ਮੈਂ ਜਦੋਂ ਉਹਦੇ ਚਰਨ ਕੁੱਟ ਕੇ ਫੜ ਲਏ ਉਹਦੀ ਵਿਚਾਰਧਾਰਾ ਨੂੰ ਅਪਣਾ ਲਿਆ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਉਹਦੀਆਂ ਪਾਵਨ ਗੱਲਾਂ ਨੂੰ ਧਾਰਨ ਕਰ ਲਿਆ ਤਾਂ ਮੇਰੀ ਆਤਮਿਕ ਅਵਸਥਾ ਤਾਂ ਉੱਚੀ ਹੋਈ ਹੋਈ ਮੈਨੂੰ ਹੁਣ ਸਮਝ ਲੱਗੀ ਮੈਂ ਜਿਊਣਾ ਕਿਦਾਂ ਸੰਸਾਰ ਵਿੱਚ ਚੱਲਣਾ ਕਿਦਾਂ ਕਿਦਾਂ ਰਹਿਣਾ ਮੈਂ ਦੁਨੀਆ ਦੇ ਵਿੱਚ ਜਿੱਥੇ ਅਣਖ ਗੈਰਤ ਨਾਲ ਆਪਾਂ ਜੁਨੇ ਆ ਉਥੇ ਨਾਲ ਦੀ ਨਾਲ ਜੀਵਨ ਵਿੱਚ ਨਾ ਖੁਸ਼ਹਾਲੀ ਜੀ ਆਈ ਦਿੰਦੀ ਬੰਦੇ ਦੀ ਰੰਗਤ ਜੀ ਬਣੀ ਬੰਦਾ ਹਰ ਵਕਤ ਲਉ ਲਉ ਕਰਦਾ ਨਹੀਂ ਰਿੰਦਾ ਬੰਦਾ ਹਰ ਵਕਤ ਰੋਂਦਾ ਨਹੀਂ ਰਿੰਦਾ ਉਥੇ ਬੰਦੇ ਦੇ ਅੰਦਰ ਰਜੇਵਾ ਆ ਜਾਂਦਾ ਬੰਦਾ ਆਪਣੇ ਆਪ ਨੂੰ ਰਜਿਆ ਰਜਿਆ ਮਹਿਸੂਸ ਕਰਦਾ ਹੈ ਸਤਿਗੁਰ ਕਹਿੰਦੇ ਨੇ ਅਗਲੀ ਗੱਲ ਭੇਟ ਤਸੰਗ ਰਾਮ ਗੁਣ ਰਵੇ ਜਦੋਂ ਮੈਂ ਆਪਣੇ ਸਤਿਗੁਰੂ ਦੀ ਸੰਗਤ ਕੀਤੀ ਤੇ ਪ੍ਰਮਾਤਮਾ ਦੇ ਗੁਣ ਗਾਏ ਭਾਵ ਅਸਲ ਮਾਇਨੇ 'ਚ ਗੁਰੂ ਨਾਲ ਜੁੜਿਆ ਹੀ ਰੱਬ ਨੂੰ ਗਾ ਸਕੀਦਾ ਇਹ ਗੁਰੂ ਹੈ ਕਿਰਪਾ ਕਰਦਾ ਸਾਨੂੰ ਸੋਝੀ ਦਿੰਦਾ ਹੈ ਅਕਲ ਦਿੰਦਾ ਹੈ ਸਮਤ ਦਿੰਦਾ ਹੈ ਰੱਬ ਨੂੰ ਗਾਉਣ ਦੀ ਗੁਰੂ ਕਹਿੰਦਾ ਹਵਾਵਾਂ ਵਿੱਚੋਂ ਨੂੰ ਵੇਖ ਭਲਿਆ ਤੂੰ ਉਹਨੂੰ ਬਨਸਪਤੀ ਵਿੱਚੋਂ ਵੇਖ ਦੂ ਦੁਨੀਆਂ ਦੇ ਜਰੇ-ਜਰੇ 'ਚੋਂ ਉਹਨੂੰ ਵੇਖ ਤੇਰੇ ਤੈਨੂੰ ਗੁਣ ਗਾਉਣ ਦੀ ਲੋੜ ਨਹੀਂ ਸਪੈਸ਼ਲ ਪੈਣੀ ਤੇਰੀ ਜ਼ਿੰਦਗੀ ਆਪਣੇ ਆਪ ਹੀ ਗੋਣੀ ਬਣ ਜਾਣਾ ਉਹਦੀ ਤੈਨੂੰ ਪਤਾ ਨਹੀਂ ਲੱਗਣਾ ਕਿ ਕਦੋਂ ਸਭ ਕੁਝ ਜਿਹੜਾ ਉਹ ਚੱਲ ਰਿਹਾ ਜਿਵੇਂ ਵੇਖੋ ਆਪਾਂ ਦਿਲ ਨੂੰ ਨਹੀਂ ਚਲਾ ਰਹੇ ਆਪੇ ਚੱਲ ਰਿਹਾ ਆਪਾਂ ਨਬਜ ਨੂੰ ਨਹੀਂ ਚਲਾ ਰਹੇ ਚੱਲ ਰਹੀ ਹੈ ਆਪਾਂ ਸਵਾਸ ਨੂੰ ਨਹੀਂ ਚਲਾ ਰਹੇ ਚੱਲ ਰਹੇ ਆ ਆਪਾਂ ਸਿਸਟਮ ਅੰਦਰਲੇ ਨੂੰ ਚਲਾ ਨਹੀਂ ਰਹੇ ਆਪੇ ਹੀ ਚੱਲ ਰਿਹਾ ਹੈ ਤੇ ਜਿਸ ਦਿਨ ਆਪਾਂ ਉਹਦੇ ਨਾਲ ਅਸਲ ਮਾਇਨੇ 'ਚ ਕਨੈਕਟ ਹੋ ਗਏ ਜਿਸ ਨੇ ਇਹ ਸਿਸਟਮ ਤਿਆਰ ਕੀਤਾ ਤੇ ਸਾਨੂੰ ਪਤਾ ਨਹੀਂ ਲੱਗਣਾ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਗਿਆ ਤੁਸੀਂ ਸ਼ੀਸ਼ੇ ਵਿੱਚ ਖੁਦ ਨੂੰ ਵੇਖੋਗੇ ਤੇ ਤੁਹਾਡੇ ਮੂੰਹ 'ਚੋਂ ਜਿਸ ਦਿਨ ਇਹ ਨਿਕਲਣਾ ਸ਼ੁਰੂ ਹੋ ਗਿਆ ਇਹ ਮਾਲਕ ਦੀ ਕਿਰਪਾ ਹੈ ਮੈਂ ਨਹੀਂ ਵਧੀਆ ਪੱਗ ਬਣਦਾ ਮੇਰੇ ਕੋ ਇਨੇ ਸੋਹਣੇ ਕੱਪੜੇ ਐ ਮਾਲਕ ਦੀ ਕਿਰਪਾ ਮੈਂ ਇਨੇ ਵਧੀਆ ਕਮਰਿਆਂ ਚ ਰਹੀਨਾ ਇਹ ਮਾਲਕ ਦੀ ਕਿਰਪਾ ਮੈਂ ਇਨੇ ਵਧੀਆ ਧੀਆਂ ਪਤਾਂ ਚ ਰਹੀਨਾ ਮਾਲਕ ਦੀ ਕਿਰਪਾ ਮੈਂ ਇਨੀ ਵਧੀਆ ਗੱਡੀ ਚ ਘੁੰਮਦਾ ਉਹਦੀ ਦਇਆ ਇਹ ਸਭ ਉਹਦੀਆਂ ਦਾਤਾਂ ਨੇ ਜਿਸ ਦਿਨ ਗੱਲ ਬਣੀਨਾ ਏ ਉਸ ਦਿਨ ਆਹ ਅਵਸਥਾ ਬਣੇਗੀ ਇੱਕਨਾਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਂ ਜੇ ਦੁੱਖ ਵੀ ਆਇਆ ਭੁੱਖ ਵੀ ਆ ਗਈ ਮਾਰ ਵੀ ਪਈ ਬੰਦਾ ਕਵੇ ਦਾਤਿਆ ਤੇਰੀਆਂ ਦਾਤਾਂ ਗੱਲ ਹੀ ਫੇਰ ਬਣਦੀ ਹਰ ਇੱਕ ਮੌਕੇ ਤੇ ਆਪਾਂ ਤਿਆਰ ਹੋਣੀ ਚਾਹੀਦੀ ਹੈ ਹਰ ਇੱਕ ਸਮੇਂ ਵਿੱਚ ਆਪਾਂ ਤਿਆਰ ਹੋਣੀ ਚਾਹੀਦੀ ਨਾ ਕਿ ਆਪਾਂ ਕਈ ਵੀ ਸੁੱਖ ਦੇ ਲਈ ਤਾਂ ਆਪਾਂ ਤਿਆਰ ਆ ਮਾਲਕਾ ਦੁੱਖ ਦੇ ਲਈ ਆਪਾਂ ਤਿਆਰ ਨਹੀਂ ਇੱਥੇ ਤਾਂ ਸਿੱਖਾਂ ਨੂੰ ਦੁੱਖ ਵੀ ਝੱਲਨੇ ਪੈਂਦੇ ਨੇ ਸੁੱਖ ਵੀ ਆਪਣਾ ਇਤਿਹਾਸ ਨਾ ਕਦੇ ਭੁੱਲਿਆ ਕਰੋ ਸਭ ਕੁਝ ਮਿਲਦਾ ਇਤਨਾ ਦਰਬਾਰ ਸਾਹਿਬ ਦੇ ਵਿੱਚ ਦੀਵਾ ਜਗਾਉਣ ਦੇ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਵੀ ਪੈਦਾ ਹੋਏ ਨੇ ਗਵਰਨਮੈਂਟਾਂ ਕਹਿੰਦੇ ਅਸੀਂ ਤੁਹਾਨੂੰ ਵਧਣ ਨਹੀਂ ਦੇਣਾ ਸਿੱਖ ਕਹਿੰਦੇ ਅਸੀਂ ਰੋਕ ਕੇ ਸਾਨੂੰ ਦਿਖਾਓ ਉੱਥੇ ਤਾਂ ਵੇਖੋ ਬੱਚੇ ਤੱਕ ਵੀ ਕੁਰਬਾਨ ਕਰ ਦਿੱਤੇ ਉਹਨਾਂ ਨੂੰ ਇੰਨਾ ਮਾਣ ਮਿਲਿਆ ਆਪਣੇ ਅੰਦਰ ਉਹ ਕਹਿੰਦੇ ਜਿੰਦਗੀ ਹੈ ਹੀ ਤੇਰੇ ਲੇਖੇ ਸਤਿਗੁਰੂ ਆਪਾਂ ਜਿੰਦਗੀ ਨੂੰ ਕੀ ਕਰਨਾ ਆਪਾਂ ਤਾਂ ਜਿਉਣਾ ਤਾਂ ਅਣਖ ਨਾਲ ਮਰਨਾ ਤਾਂ ਅਣਖ ਦੇ ਨਾਲ ਗੱਲ ਹੀ ਫਿਰ ਬਣਦੀ ਸਤਿਗੁਰ ਕਹਿੰਦੇ ਨੇ ਪਾਰ ਬ੍ਰਹਮ ਕੀ ਦਰਗਾ ਗਵੇ ਗਵੇ ਦਾ ਮਤਲਬ ਪਹੁੰਚ ਕਰਨੀ ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਉਦੋਂ ਹੁੰਦੀ ਹੈ ਪਿਆਰਿਓ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਾਂ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਾਂ ਤੇ ਰੱਬ ਦੇ ਘਰ ਵਿੱਚ ਪਹੁੰਚ ਹੁੰਦੀ ਹੈ ਨਹੀਂ ਪਹੁੰਚ ਸਕਦੇ ਤੁਸੀਂ ਆ ਜਿਹੜੇ ਲੋਕ ਤੁਹਾਨੂੰ ਕਲੀਆਂ ਚੋਂ ਰੱਬ ਵਿਖਾਉਂਦੀ ਗੱਲ ਕਰਦੇ ਐ ਇਹ ਤੁਹਾਨੂੰ ਠੱਗ ਰਹੇ ਨੇ ਤੁਹਾਨੂੰ ਮੂਰਖ ਬਣਾ ਰਹੇ ਨੇ ਗੱਲ ਹੋਰ ਕੋਈ ਨਹੀਂ ਔਰ ਆਪਾਂ ਮੂਰਖ ਬਣ ਰਹੇ ਆ ਉਹ ਬਣਾ ਰਿਹਾ ਆਪਾਂ ਬਣੀ ਜਾ ਰਹੇ ਮੂਰਖ ਨਹੀਂ ਬੰਨਣਾ ਸਿਆਣੇ ਬਣ ਕੇ ਚੱਲੋ ਗੁਰੂ ਨੇ ਸਿਆਣੇ ਬਣਾਇਆ ਸਾਨੂੰ ਉਹ ਗੱਲ ਵੱਖਰੀ ਐ ਕਿ ਗੁਰੂ ਦੇ ਸਾਹਮਣੇ ਮੂਰਖ ਬਣ ਕੇ ਰਹਿਣਾ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਕੋਟ ਪਰਾਧੀ ਤਰਿਆਰੇ ਆਪਾਂ ਗੁਰੂ ਨੂੰ ਕਹਿਣਾ ਸਤਿਗੁਰੂ ਅਸੀਂ ਤੇਰੇ ਘਰ ਦੇ ਸੇਵਕਾਂ ਮੂਰਖਾਂ ਪਰ ਸੰਸਾਰ ਤੋਂ ਮੂਰਖ ਨਹੀਂ ਬੰਨਾ ਆਪਾਂ ਦੁਨੀਆ ਤੋਂ ਮੂਰਖ ਨਹੀਂ ਬੰਨਾ ਦੁਨੀਆ ਤਾਂ ਚਾਹੁੰਦੀ ਆਪਾਂ ਤੁਹਾਨੂੰ ਮੂਰਖ ਬਣਾਈਏ ਸੰਸਾਰ ਬੈਠਾ ਹੋਇਆ ਲੋਕ ਬੈਠੇ ਹੋਣੇ ਇਸੇ ਕੰਮ ਦੇ ਲਈ ਤੁਹਾਨੂੰ ਮੂਰਖ ਬਣਾਉਣ ਵਾਸਤੇ ਬੰਨਾ ਨਹੀਂ ਆਪਾਂ ਸਿਆਣੇ ਬਣ ਕੇ ਤੁਰਨਾ ਫਿਰ ਗੁਰੂ ਆਪੇ ਕਿਰਪਾ ਵੀ ਕਰਦਾ ਸੋ ਮੈਂ ਹਮੇਸ਼ਾ ਕਿਨਾਂ ਨਾ ਗੁਰਬਾਣੀ ਦਾ ਪੱਲਾ ਪਕੜ ਕੇ ਰੱਖੋ ਤੁਸੀਂ ਜ਼ਿੰਦਗੀ ਚ ਕਦੇ ਮਾਰ ਨਹੀਂ ਖਾਓਗੇ ਆਪਣੇ ਇਤਿਹਾਸ ਨੂੰ ਕਦੇ ਨਹੀਂ ਭੁੱਲੋ ਤੁਸੀਂ ਜ਼ਿੰਦਗੀ 'ਤੇ ਕਦੇ ਧੋਖਾ ਨਹੀਂ ਖਾਓਗੇ ਮਾਰ ਉਦੋਂ ਹੀ ਖਾਨੇ ਹੋ ਧੋਖਾ ਉਦੋਂ ਹੀ ਖਾਨੇ ਹੋ ਪਿਆਰਿਓ ਜਦੋਂ ਤੁਸੀਂ ਆਪਣੇ ਸਤਿਗੁਰੂ ਨੂੰ ਭੁੱਲਦੇ ਹੋ ਆਪਣੇ ਗੁਰੂ ਦਾ ਪੱਲਾ ਛੱਡਦੇ ਹੋ ਫੇਰ ਹੀ ਮਾਰ ਖਾਨੇ ਹੋ ਨਹੀਂ ਤੇ ਨਹੀਂ ਨਾ ਤਾਂ ਜੀਵਨ ਆਨੰਦਮਈ ਹੈ ਆਨੰਦ ਹੀ ਆਨੰਦ ਹੈ ਇਸ ਲਾਈਫ ਦੇ ਵਿੱਚ ਸਤਿਗੁਰੂ ਕਹਿੰਦੇ ਸੁਣ ਕਰ ਬਚਨ ਕਰਨ ਆਗੰਨੇ ਜਦੋਂ ਮੈਂ ਆਪਣੇ ਗੁਰੂ ਦੇ ਬਚਨ ਸੁਣਦਾ ਸੁਣ ਕਰ ਬਚਨ ਜਦੋਂ ਮੈਂ ਗੁਰੂ ਦੇ ਬਚਨ ਸੁਣਦਾ ਗੁਰੂ ਦੀਆਂ ਪਿਆਰੀਆਂ ਗੱਲਾਂ ਸੁਣਦਾ ਕਰਨ ਕੰਨ ਆਗਾ ਨੇ ਰੱਜ ਗਏ ਮੇਰੇ ਕਾਨੀ ਰੱਜ ਜਾਂਦੇ ਨੇ ਜਦੋਂ ਮੈਂ ਗੁਰੂ ਦੀਆਂ ਗੱਲਾਂ ਸੁਣਦਾ ਕੰਨਾਂ ਨੂੰ ਰਜਾਉਣਾ ਸੌਖਾ ਨਹੀਂ ਆਪਾਂ ਕੰਨਾਂ ਨਾਲ ਸੁਣਨਾ ਬੜਾ ਪਸੰਦ ਕਰਦੇ ਆ ਕਿਸੇ ਦੀ ਬੁਰਾਈ ਕਿਸੇ ਦੀ ਨਿੰਦਾ ਕਿਸੇ ਦੀ ਚੁਗਲੀ ਆਪਾਂ ਬਹੁਤ ਲਾਇਕ ਕਰਦੇ ਆ ਸੁਣਨਾ ਪਿਆਰਿਓ ਪਰ ਜਿਨ੍ਹਾਂ ਦੇ ਰੱਜ ਜਾਂਦੇ ਨੇ ਸੰਤੋਖ ਜਿਹਾ ਹੀ ਆ ਜਾਂਦਾ ਫਿਰ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੁੰਦਾ ਕੋਈ ਕੀ ਕਹਿੰਦਾ ਕੀ ਨਹੀਂ ਕਹਿੰਦਾ ਲੋਕਾਂ ਨਾਲ ਹੀ ਮਤਲਬ ਰੱਖਦੇ ਅੱਜ ਜੇ ਸਦਾ ਨਾਲ ਗੱਲ ਬਣ ਜੇ ਨਾ ਕਿਤੇ ਕੰਨ ਰੱਜ ਜਾਣ ਸਾਡੇ 90% ਲੜਾਈਆਂ ਖਤਮ ਹੋ ਜਾਣੀਆਂ ਉਸ ਦਿਨ ਕੰਨਾਂ ਨਾਲ ਸੁਣਦੇ ਨੇ ਜੁਬਾਨ ਨਾਲ ਬੋਲਦੇ ਨੇ ਦੇਹ ਤਰੀ ਦੀ ਫਿਰ ਲੜਾਈਆਂ ਝਗੜੇ ਲੜਾਈਆਂ ਝਗੜੇ ਆ ਸੁਣਨਾ ਹੀ ਬੰਦ ਕਰ ਦੇ ਸਤਗੁਰੂ ਨੇ ਪਾਉਣ ਬਾਣੀ ਵਿੱਚ ਆਖਿਆ ਨਾ ਕਿ ਮੈਨੂੰ ਪ੍ਰਵਾਹ ਨਹੀਂ ਲੋਕ ਮੇਰੀ ਵਡਿਆਈ ਕਰਦੇ ਕਿ ਮੇਰੀ ਉਸਤਤ ਕਰਦੇ ਮੈਨੂੰ ਪ੍ਰਵਾਹ ਨਹੀਂ ਭਾਵੇਂ ਮੈਂ ਮੈਂ ਗੌਰ ਨਹੀਂ ਕਰਦਾ ਮੈਨੂੰ ਮਤਲਬ ਹੀ ਨਹੀਂ ਮੈਂ ਤਾਂ ਸਿੱਧੇ ਸਿੱਧੇ ਰਸਤੇ ਤੇ ਤੁਰਨ ਵਾਲਾ ਬੰਦਾ ਜਿਆਦਾਤਰ ਤੇ ਆ ਹੀ ਚੱਕਰ ਪੈਂਦੇ ਜਿਵੇਂ ਸਾਡੇ ਘਰਾਂ 'ਚ ਚੱਲਦੇ ਨੇ ਇੱਕ ਘਾਵਤੋ ਹੀ ਪੰਜਾਬੀ ਦੀ ਬਣੀ ਹੋਈ ਨਾ ਕਹਿਣਾ ਧੀ ਨੂੰ ਸੁਣਾਉਣਾ ਨੋ ਨੂੰ ਹੁੰਦੇ ਨਾ ਗੱਲਾਂ ਪੰਜਾਬ ਦੇ ਵਿੱਚ ਇਦਾਂ ਆਪਣੇ ਸਾਡੇ ਘਰਾਂ 'ਚ ਕਹਿਣਾ ਧੀ ਨੂੰ ਸੁਣਾਉਣਾ ਨੋ ਨੂੰ ਕਹਿ ਤਾਂ ਧੀ ਨੂੰ ਰਹਿਣੇ ਆਪਣਾ ਸੁਣਾਉਣਾ ਨੋ ਨੂੰ ਰਹਿਣੇ ਵੀ ਤੈਨੂੰ ਅਕਲ ਹੀ ਨਹੀਂ ਕੁੜੀਏ ਤੈਨੂੰ ਮਤ ਹੀ ਨਹੀਂ ਕੁੜੀਏ ਉੱਥੇ ਲੜਾਈਆਂ ਪੈ ਜਾਂਦੀਆਂ ਅ ਕੰਨਾਂ ਦੇ ਪਵਾੜੇ ਐ ਸੋਣ ਸੁਣ ਕੇ ਲੜਾਈਆਂ ਝਗੜੇ ਉਹਨੇ ਮੇਰੇ ਬਾਰੇ ਕੀ ਕਿਹਾ ਉਹਨੇ ਮੇਰੇ ਬਾਰੇ ਕੀ ਕਿਹਾ ਉਹਨੇ ਮੇਰੇ ਬਾਰੇ ਕੀ ਕਿਹਾ ਫੇ ਲੜਾਈਆਂ ਝਗੜੇ ਸਿਰ ਪਾਟੇ ਹੁੰਦੇ ਬੁਰਾ ਹਾਲ ਹੁੰਦਾ ਜੇ ਗੁਰੂ ਦੀ ਗੱਲ ਕਿਤੇ ਮੰਨ ਲੋ ਕੰਨ ਰਜ ਜਾਣ ਆਪਣੇ ਆਪ ਹੀ ਆਨੰਦ ਆ ਆ ਬਾਣੀ ਸੁਣੋ ਇਤਿਹਾਸ ਸੁਣੋ ਗੁਰੂ ਦੀ ਗੱਲ ਸੁਣੋ ਚੰਗੀਆਂ ਚੰਗੇ ਲੋਕਾਂ ਦੇ ਕੋਲ ਬੈਠੋ ਚੰਗੀਆਂ ਚੰਗੀਆਂ ਗੱਲਾਂ ਸੁਣੋ ਕੰਨਾਂ 'ਚ ਆਪਣੇ ਆਪ ਹੀ ਆਨੰਦ ਆ ਜਦੋਂ ਜਦੋਂ ਮਾੜਾ ਸੁੰਨਾ ਤੇ ਕੰਨਾਂ ਨਹੀਂ ਪਵਾੜੇ ਪਾਉਣੇ ਸਾਰੇ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਪਾਣੀ ਪਾਣੀ ਵਿੱਚ ਕਿਹਾ ਵੀ ਕੰਨਾਂ ਦੇ ਵਿੱਚ ਰਸ ਆਉਣਾ ਸੌਖਾ ਨਹੀਂ ਹੈਗਾ ਜਿਨ੍ਹਾਂ ਦੇ ਆ ਜਾਂਦਾ ਉਹ ਵੱਡਿਆਂ ਭਾਗਾਂ ਵਾਲੇ ਹੁੰਦੇ ਸੁਨ ਕਰ ਬਚਨ ਕਰਨ ਆਗਾ ਨੇ ਮਨ ਸੰਤੋਖ ਆਤਮਪਤੀਆਂ ਨੇ ਮਨ ਵਿੱਚ ਸੰਤੋਖ ਆ ਗਿਆ ਆਤਮਾ ਪਤੀਜ ਗਈ ਜਦੋਂ ਮੈਂ ਗੁਰੂ ਦੇ ਬਚਨ ਸੁਣੇ ਮਨ ਸੰਤੋਖੀ ਹੋ ਗਿਆ ਆਤਮਪਤੀਆਂ ਨੇ ਪਤੀਆਂ ਨੇ ਪਤੀਜ ਜਾਣਾ ਆਤਮਾ ਜਿਹੜੀ ਹੈ ਮੇਰੀ ਆਨੰਦ ਮਗਨ ਹੋ ਗਈ ਮਨ ਸੰਤੋਖੀ ਹੋ ਗਿਆ ਜਦੋਂ ਮੈਂ ਆਪਣੇ ਗੁਰੂ ਦੇ ਬਚਨ ਸੁਣਦਾ ਪੂਰਾ ਗੁਰ ਅਖਿਓ ਜਾਕਾ ਮੰਤਰ ਮੇਰਾ ਸਤਗੁਰੂ ਪੂਰਾ ਹੈ ਮੈਂ ਅਧੂਰਿਆਂ ਦੇ ਕੋਲ ਨਹੀਂ ਜਾਂਦਾ ਹਾਂ ਮੇਰਾ ਸਤਿਗੁਰੂ ਪੂਰਾ ਹੈ ਅਖਿਓ ਜਾਕਾ ਮੰਤਰ ਉਹਦਾ ਜਿਹੜਾ ਮੰਤਰ ਹੈ ਉਹਦਾ ਜਿਹੜਾ ਉਪਦੇਸ਼ ਹੈ ਉਹ ਵੀ ਪੂਰਾ ਹੈ ਭਾਵ ਕਦੇ ਖਤਮ ਨਹੀਂ ਹੁੰਦਾ ਇੱਥੇ ਕਮਾਲ ਦੀ ਗੱਲ ਸਤਿਗੁਰੂ ਨੇ ਕੀਤੀ ਵੇਖੋ ਝੂਠਿਆਂ ਨੂੰ ਇੱਥੇ ਸਮਝਾਇਆ ਗਿਆ ਉਹ ਝੂਠਿਆਂ ਪਿੱਛੇ ਨਾ ਲੱਗਿਓ ਝੂਠਿਆਂ ਪਿੱਛੇ ਨਾ ਲੱਗਿਓ ਗੁਰੂ ਸਾਹਿਬਾਨਾਂ ਦੇ ਸਰੀਰਕ ਰੂਪ ਦੇ ਵਿੱਚ ਹੋਣ ਦੇ ਬਾਵਜੂਦ ਵੀ ਰਾਮ ਰਾਏ ਪੈਦਾ ਹੋ ਗਿਆ ਧੀਰਮਲ ਪੈਦਾ ਹੋ ਗਿਆ ਹੋਰ ਲੁਟੇਰੇ ਪੈਦਾ ਹੋ ਗਏ ਪ੍ਰਿਥੀ ਚੰਦ ਪੈਦਾ ਹੋ ਗਿਆ ਪਰ ਸਿੱਖਾਂ ਨੇ ਮੂੰਹ ਨਹੀਂ ਸੀ ਲਾਇਆ ਕਿਉਂਕਿ ਸਿੱਖਾਂ ਨੂੰ ਪਤਾ ਸੀ ਆਪਾਂ ਪੂਰੇ ਗੁਰੂ ਨੂੰ ਮੰਨਣਾ ਆਪਾਂ ਇਹਨਾਂ ਅਧੂਰੀਆਂ ਦੇ ਕੋਲੋਂ ਕੀ ਲੈਣਾ ਜਿਹੜੇ ਰੁਪਈਆ ਰੁਪਈਏ ਉੱਤੇ ਮਰਦੇ ਫਿਰਦੇ ਇਹਨਾਂ ਨੇ ਸਾਡਾ ਕੀ ਪਰਉਤਾਰਾ ਕਰਨਾ ਰੁਪਈਆ ਰੁਪਈਏ ਉੱਤੇ ਮਰਦੇ ਜਿਹੜੇ ਫਿਰਦੇ ਵਿਸਾਖੀ ਇਹ ਸੁਣੀ ਨਾ ਤੁਸੀਂ ਕਾਹੀਏ ਦੀ ਕਿ ਗਰੀਬ ਕਾਹੀਆ ਜਾਂ ਗੀਰ ਦੇ ਤੰਬੂ 'ਚ ਪਹੁੰਚ ਗਿਆ ਪੁਲਿਖੇ ਦੇ ਨਾਲ ਜਾਂ ਗੀਰ ਦੇ ਸਾਹਮਣੇ ਪੰਡ ਘਾ ਦੀ ਰੱਖ ਕੇ ਟੱਕਾ ਰੱਖ ਕੇ ਕਹਿੰਦਾ ਦਾਤਿਆ ਜੰਮਣ ਮਰਨ ਦਾ ਗੀੜ ਕੱਟ ਦਿਓ ਜਾਂ ਗੀਰ ਕਹਾਸ ਕੇ ਕਹਿੰਦਾ ਮੈਂ ਤੇ ਆਪਿਆਂ ਆ ਵੀ ਮੇ ਤੁਹ ਹੋਰ ਕੁਝ ਮੰਗ ਲਾ ਮੈਂ ਤਾਂ ਪਾਤਸ਼ਾਹ ਆ ਇਸ ਦੁਨੀਆ ਇਸ ਦੇਸ਼ ਦਾ ਜੋ ਚਾਹੀਦਾ ਮੰਗ ਲਾ ਮੈਂ ਤੈਨੂੰ ਦੇਣ ਨੂੰ ਤਿਆਰ ਆ ਪਰ ਜੋ ਤੂੰ ਆ ਮੰਗ ਰਿਆ ਇਹ ਚੀਜ਼ ਮੇਰੀ ਸਮਝ ਤੋਂ ਬਾਹਰ ਹੈ ਮੇ ਕੋ ਨਹੀਂ ਹੈਗੀ ਉਹ ਕਹਿੰਦਾ ਮੈਂ ਗਲਤ ਜਗ੍ਹਾ ਤੇ ਆ ਗਿਆ ਪੰਡ ਚੱਕੀ ਟਕਾ ਚੱਕਿਆ ਦੂਸਰੀ ਜਗ੍ਹਾ ਤੇ ਗਿਆ ਜਿੱਥੇ ਸਤਗੁਰੂ ਬੈਠੇ ਹੋਏ ਸਨ ਜਾ ਕੇ ਪਹਿਲਾਂ ਤਾਂ ਮਾਫੀ ਮੰਗੀ ਕਿ ਗਲਤ ਜਗ੍ਹਾ ਤੇ ਚਲਾ ਗਿਆ ਸੀ ਹੱਥ ਜੋੜੇ ਮੱਥਾ ਟੇਕਿਆ ਜਾਂ ਕੀਰ ਆਪਣੀ ਅੱਖਾਂ ਦੇ ਨਾਲ ਵੇਖਣ ਲਈ ਉੱਥੇ ਪਹੁੰਚ ਗਿਆ ਸਤਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਸਿੱਖਾ ਕਿਹੜੇ ਜੰਮਣ ਮਰਨ ਦੀ ਗੱਲ ਕਰਦਾ ਤੂੰ ਤਾਂ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਚੁੱਕਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰੋ ਜਿਹੜੇ ਪ੍ਰਮਾਨ ਹੋ ਜਾਂਦੇ ਨੇ ਸਾਨੂੰ ਗੁਰੂ ਚਾਹੀਦਾ ਕਿ ਇਦਾਂ ਦਾ ਇਦਾਂ ਦਾ ਸਾਨੂੰ ਉਹ ਗੁਰੂ ਨਹੀਂ ਚਾਹੀਦੇ ਜਿਹੜੇ ਆਉਂਦੇ ਨੇ ਗੱਡੀਆਂ ਤੇ ਚੜੇ ਭੂ-ਪੂ ਕਰਦੇ ਭੂ-ਪੂ ਕਰਦੇ ਚਲੇ ਜਾਂਦੇ ਨੇ ਉਹ ਨਹੀਂ ਚਾਹੀਦੇ ਸਾਨੂੰ ਗੁਰੂ ਐਦਾਂ ਦਾ ਚਾਹੀਦਾ ਜਿਹੜਾ ਸਾਡੇ ਵਿੱਚ ਰਹੇ ਜਿਹੜਾ ਸਾਡੇ ਦੁੱਖ ਸੁੱਖ ਨੂੰ ਸੁਣੇ ਜਿਹੜਾ ਸਾਨੂੰ ਮਹਿਸੂਸ ਕਰੇ ਜਿਹਨੂੰ ਅਸੀਂ ਮਹਿਸੂਸ ਕਰ ਸਕੀਏ ਉਹ ਗੁਰੂ ਚਾਹੀਦਾ ਉਹ ਸਾਡੇ ਕੋਲ ਮੌਜੂਦ ਹੈ ਆਪਾਂ ਉਹਨੂੰ ਛੱਡ ਕੇ ਅਸੀਂ ਬੱਸੇ ਵੈਸੇ ੱੱਕੇ ਖੰਦੇ ਫਿਰਦੇ ਐਵੇਂ ਜਾਣ ਬੁਝਕੇ ਜਿਹੜਾ ਓ ਟਮਣੀਏ ਤੇ ਬੈਠਾ ਹੁੰਦਾ ਇੰਨੀ ਸਿਕਿਉਰਿਟੀ ਦੇ ਵਿੱਚ ਆਪਾਂ ਉਹਨੂੰ ਉਹਨੂੰ ਜਦਾ ਮਾਣ ਦਿੰਨੇ ਆ ਲੇਕਿਨ ਆਪਾਂ ਆਪਣੇ ਸਤਿਗੁਰੂ ਨੂੰ ਛੱਡ ਕੇ ਬਹਿ ਗਏ ਆ ਆਪਣੇ ਗੁਰੂ ਦਾ ਪੱਲਾ ਛੱਡ ਕੇ ਬਹਿ ਗਏ ਆ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਜਦੋਂ ਐਸਾ ਸਤਿਗੁਰੂ ਆਪਣੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਕਰਦਾ ਹੈ ਨਾ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਜੀ ਜਿਸ ਵੱਲ ਅਮਰ ਕਰਨ ਵਾਲੀ ਨਜ਼ਰ ਨਾਲ ਉਹ ਤੱਕਦਾ ਉਹ ਸੰਤ ਹੋ ਜਾਂਦਾ ਸਤਿਗੁਰੂ 'ਚ ਇੰਨੀ ਪਾਵਰ ਹੈ ਉਹ ਰੱਬ ਵਰਗੇ ਬਣਾ ਦਿੰਦਾ ਸੰਤ ਭਾਵ ਰੱਬ ਵਰਗੇ ਬਣਾ ਦਿੰਦਾ ਜਿਹਦੇ ਵੱਲ ਆਪਣੀ ਪਿਆਰ ਦੀ ਨਿਗਾਹ ਵੇਖਦਾ ਕਰਕੇ ਵੇਖਦਾ ਉਹਨੂੰ ਰੱਬ ਵਰਗਾ ਹੀ ਬਣਾ ਦਿੰਦਾ ਗੁਣ ਬੇਅੰਤ ਕੀਮਤ ਨਹੀਂ ਪਾਏ ਸਤਿਗੁਰੂ ਦੇ ਜਿਹੜੇ ਗੁਣ ਨੇ ਬੇਅੰਤ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਜਿਸ ਭਾਵੇਂ ਤਿਸ ਲਏ ਮਲਾਏ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਜੀਵ ਨੂੰ ਪਰਮਾਤਮਾ ਚਾਵੇ ਨਾ ਉਹਨੂੰ ਹੀ ਉਹ ਸਤਿਗੁਰ ਨਾਲ ਮਲਾਉਂਦਾ ਐਸੇ ਸਤਿਗੁਰ ਨਾਲ ਮਿਲਣਾ ਵੱਡਿਆਂ ਭਾਗਾਂ ਦੀ ਨਿਸ਼ਾਨੀਆਂ ਪਿਆਰੇਓ ਇਹ ਗੁਰੂ ਵੀ ਕਿਰਪਾ ਕਰੇ ਇਹੋ ਜੇ ਗੁਰੂ ਇਹੋ ਜੇ ਸਤਗੁਰੂ ਨਾਲ ਕਤੇਸੀ ਮਿਲ ਲਈਏ ਪਰਮਾਤਮਾ ਅੱਗੇ ਅਰਦਾਸ ਕਰੋ ਦਾਤਿਆ ਕਿਰਪਾ ਕਰੀ ਮੇਰਿਆਂ ਦੇ ਆਸਾਈਆਂ ਰਹਿਮਤ ਕਰੀ ਸਾਨੂੰ ਗੁਰੂ ਨਾਨਕ ਨਾ ਭੁੱਲੇ ਸਾਨੂੰ ਸੁਖਮਨੀ ਸਾਹਿਬ ਦੇ ਬਚਨ ਨਾ ਭੁੱਲਣ ਹਮੇਸ਼ਾ ਜੁੜ ਕੇ ਰਹੀਏ ਆਪਾਂ ਗੁਰੂ ਨਾਨਕਾ ਤੇਰੀ ਬਾਣੀ ਨਾਲ ਗੁਰੂ ਅਰਜਨ ਸਾਹਿਬ ਤੁਹਾਡੀ ਬਾਣੀ ਨਾਲ ਤਾਂ ਕਿ ਸਾਡਾ ਜਿਹੜਾ ਨਾ ਪਾਰ ਉਤਾਰਾ ਹੋਵੇ ਅਸੀਂ ਇਸ ਜੀਵਨ ਨੂੰ ਸਫਰ ਕਰਕੇ ਜਾਈਏ ਸੋ ਇਤਨੀਆਂ ਬੇਨਤੀਆਂ ਸਵਾਰ ਕਰਨੀਆਂ ਜੀ 18ਵੀਂ ਅਸ਼ਟਪਦੀ ਦੀ ਚੌਥੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ ਸਤਿਗੁਰੂ ਨੇ ਕਿਰਪਾ ਕੀਤੀ ਤਾਂ ਅੱਗੇ ਵੀ ਵਿਚਾਰ ਚੱਲਦੀ ਰਹੇਗੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ